ਜਿਸ ਤਰੀਕੇ ਦੇ ਨਾਲ ਲਗਾਤਾਰ ਦੇਖਿਆ ਜਾਂਦਾ ਕਿ ਸਰਕਾਰਾਂ ਦੇ ਵੱਲੋਂ ਮੁਫਤ ਖੁਰੇ ਦੇ ਰਾਹ ਦੇ ਉੱਤੇ ਜਨਤਾ ਨੂੰ ਪਾਇਆ ਜਾ ਰਿਹਾ ਉਸ ਦੇ ਚੱਲਦੇ ਹੋਏ ਮੁਫਤ ਸਹੂਲਤਾਂ ਲਈ ਕੇਂਦਰ ਨੀਤੀ ਆਯੋਗ ਅਤੇ ਹੋਰ ਭਾਈਵਾਲ ਸਿਰ ਜੋੜ ਕੇ ਬੈਠਣ ਇਹ ਕਹਿਣਾ ਸੁਪਰੀਮ ਕੋਰਟ ਇਹਨਾਂ ਨੇ ਕਿਹਾ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਇੱਕ ਰਿਓੜੀਆਂ ਵਾਲਾ ਸ਼ਬਦ ਉਹ ਕਿਹਾ ਤਾਂ ਕੇਜਰੀਵਾਲ ਨੂੰ ਸੀ ਇੱਕ ਦੂਜੇ ਤੇ ਬਾਹਰ ਪਲਟ ਬਾਹਰ ਚੱਲਦੇ ਰਹੇ ਕੋਈ ਗਰੰਟੀਆਂ ਦਿੰਦਾ ਹੈ ਕੁਇ ਮੁਕਤ ਕਰੀ ਦਿੰਦਾ ਹੈ ਇਹ ਸ਼ੁਰੂਆਤ ਹੁੰਦੀ ਹੈ ਤਿੰਨ ਤਹਾਕੇ ਪੁਰਾਣੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਪਠੱਲ ਬਣੇ ਸੀ ਉਹਨਾਂ ਨੇ ਸੱਤ ਕਿੱਲਿਆਂ ਨੂੰ ਬਿਜਲੀ ਮੁਕਤ ਕਰਤੀ ਤੇ ਬਾਦਲ ਸਾਹਿਬ ਨੇ ਕਿਹਾ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ ਸੀ ਇਹਨਾਂ ਨੇ ਆਪਣੇ ਚੋਣ ਮਰੋਰਥ ਪੱਤਰ ਚੋਂ ਮੰਗ ਪਾਇਆ ਹੁਣ ਇਹਨਾਂ ਨੇ 300 ਯੂਨਿਟ ਕਰਤੇ ਕਿ ਅਸੀਂ ਫ੍ਰੀ ਦੇਵਾਂਗੇ ਜੋ ਗੁਜਰਾਤ ਤੇ ਹਿਮਾਚਲ ਚ ਵੀ ਜਾ ਕੇ ਮੁਕਤ ਕੋਰੀ ਦਾ ਰਾਗ ਆਲਾਪਤਾ ਕੇਜਰੀਵਾਲ ਸਾਹਿਬ ਨੇ ਮੁਕਤ ਕੋਰੀ ਆਲਾ ਮਾਮਲਾ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਤੇ ਵਿਚਾਰੋ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਇਹ ਵੋਟਰਾਂ ਨੂੰ ਕਰਪਟ ਕਰਨ ਵਾਲੇ ਪਾਸੇ ਤੋਰ ਰਿਹਾ ਗੱਲ ਕਰਾਂਗੇ ਖੇਡਣ ਲੈ ਕੇ ਕਿ ਰਾਸ਼ਟ੍ਰ ਮੰਡਲ ਖੇਡਾਂ ਚ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਤੇ ਪਰਮਾ ਸਵਾਗਤ ਕੀਤਾ ਗਿਆ ਉਤਿਮ ਐਸਪਨ ਦੀ ਹਰਜਿੰਦਰ ਕੌਰ ਜੋ ਕਿ ਕਾਂਸੀ ਦਾ ਤਗਮਾ ਹਰਜਿੰਦਰ ਕੌਰ ਬਹੁਤ ਹੀ ਆਮ ਛੋਟੇ ਪਰਿਵਾਰ ਨਾਲ ਸੰਬੰਧਤ ਹੈ ਜਿਨ੍ਹਾਂ ਦੀ ਆਰਥਿਕਤਾ ਕੋਈ ਬਹੁਤੀ ਵੱਡੀ ਨਹੀਂ ਸੀ ਪਰ ਬਾਰੇ ਬਾਰੇ ਜਾਈਏ ਉਹਨਾਂ ਦੇ ਕੋਚ ਪਰਮਵੀਰ ਸ਼ਰਮਾ ਸਾਹਿਬ ਦੇ ਪਰਮਜੀਤ ਸ਼ਰਮਾ ਸਾਹਿਬ ਦੇ ਜਿਹੜੇ ਖੁਦ ਅਰਜਨਾ ਅਵਾੜੀ ਨੇ ਉਹਨਾਂ ਨੇ ਉਹਨੂੰ ਪਛਾਣਿਆ ਉਹਦੀ ਮਿਹਨਤ ਕਰਾਈ ਉਹਦੀ ਮਿਹਨਤ ਰੰਗ ਲੈ ਕੇ ਆਈ ਹੁਣ ਵੀ ਸੱਤ ਮੁਲਕ ਨੇ ਪਿਛਲੇ ਪਾਸੇ ਸੀ ਹੁਣ ਵੀ ਪੰਜਵੇਂ ਤੇ ਨੇ ਨਿਊਜ਼ੀਲੈਂਡ ਤੋਂ ਥੱਲੇ ਨੇ ਤੇ ਦੋ ਐ ਜਿਹੜੇ ਮੁਲਕ ਇਹਨਾਂ ਤੋਂ ਹਲੇ ਰਹਿ ਗਏ ਨੇ 1 ਕਰੋੜ 10 ਲੱਖ ਇੱਕ ਦੇ ਹਿੱਸੇ ਆਉਂਦਾ ਹੈ ਕਿ 1 ਕਰੋੜ 10 ਲੱਖ ਦੇ ਨਾਲ ਇਹਨਾਂ ਖਡਾਰੀਆਂ ਦੀ ਡਾਈਟੀ ਦਿੱਤੀ ਜਾ ਸਕਦੀ ਹੈ ਸਟੇਡੀਅਮ ਬਣਾਉਣੇ ਤਾਂ ਪਾਸੇ ਦੀ ਗੱਲ ਰਹੀ ਤੇ ਲੋ ਜੀ ਗੱਲ ਕੀਤੀ ਜਾਵੇ ਪਲਾਸਟਿਕ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਾਲੇ ਕਿਤੇ ਜਾਰ ਨੇ ਕਿ ਪੰਜਾਬ ਨੂੰ ਪਲਾਸਟਿਕ ਮੁਕਤ ਬਣਾਇਆ ਜਾਵੇਗਾ ਇਹ ਮੀਤ ਹਾਲ ਦਾ ਵੀ ਹੈ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਕਿ ਹੁਣ ਪਲਾਸਟਿਕ ਦੇ ਦਿਨ ਪੁੱਗ ਕੇ ਪਲਾਸਟਿਕ ਬੰਦ ਹੋਵੇਗਾ ਤੇ ਇਸ ਸਬੰਧ ਦੇ ਵਿੱਚ ਸਬੰਧਤ ਜੜੀਆਂ ਟੀਮਾਂ ਨੇ ਉਹ ਕਾਫੀ ਪਲਾਸਟਿਕ ਇਕੱਠਾ ਕਰ ਰਹੀਆਂ ਨੇ ਸਿੰਗਲ ਯੂਜ਼ ਪਲਾਸਟਿਕ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸਮੱਸਿਆਵਾਂ ਨੇ ਉਹ ਸੀਵਰੇਜ ਦੀਆਂ ਪੈਦਾ ਹੁੰਦੀਆਂ ਨੇ ਤੇ ਸੀਵਰੇਜ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਸਭ ਤੋਂ ਵੱਧ ਜੇ ਸਮੱਸਿਆ ਇਸ ਵੇਲੇ ਸੀਵਰੇਜ ਦੀ ਹੈ ਢਿੱਲੋ ਜੀ ਆਯੁਸ਼ਮਾਨ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ ਕਿਉਂਕਿ ਇਸ ਦੇ ਤਹਿਤ ਜੜਾ ਕੀ ਪੀਜੀਏ ਦੇ ਵਿੱਚ ਇਲਾਜ ਵੀ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਮੁਰ ਤੋਂ ਚੱਲਿਆ ਇਹਦੇ ਤਹਿਤ 16 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੀਜੀਆ ਦਾ ਦੇਣਾ ਸੀ ਜੀ ਆਯੁਸ਼ਮਾਨ ਯੋਜਨਾ ਇੱਕ ਕੇਂਦਰ ਸਰਕਾਰ ਦੀ ਯੋਜਨਾ ਹੈ 1200 ਤੋਂ ਲੈ ਕੇ 1400 ਤੱਕ ਪੰਜਾਬ ਦਾ ਮਰੀਜ਼ ਬਹੁ ਗੰਤੀ ਕੈਂਸਰ ਵਾਲੇ ਪੀਜੀਆਈ ਦੇ ਵਿੱਚ ਇਲਾਜ ਲਈ ਜਾਂਦੇ ਨੇ ਉਹਨਾਂ ਨੇ ਹੱਥ ਖੜੇ ਕਰਤੇ ਫਿਰ ਪੰਜਾਬ ਦੀ ਸਰਕਾਰ ਨੇ ਇਹ ਗੱਲਬਾਤ ਤੈਅ ਕੀਤੀ ਤੇ ਉਹਨਾਂ ਦਾ ਜਿਹੜਾ ਫੰਡ ਪਤਾ ਲੱਗਿਆ ਕਿ ਇਹਦਾ ਹੱਲ ਕਰ ਲਿਆ ਉਹਨਾਂ ਨੂੰ ਭਰੋਸਾ ਦੇਤਾ ਜਾਂ ਉਹਨਾਂ ਨੂੰ ਫੰਡ ਦੇਤਾ ਉਹ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਸਸ਼ੀਕਾਲ ਮੈ ਰਿੰਤ ਮਾਨ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਪ੍ਰੋਗਰਾਮ ਲੈ ਕੇ ਹਾਜ਼ਰਾਂ ਖਬਰ ਤੋੜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪੂਰੇ ਹਫਤੇ ਭਰ ਦੀਆਂ ਉਹਨਾਂ ਵੱਡੀਆਂ ਖਬਰਾਂ ਤੇ ਨਜ਼ਰ ਮਾਰਦੇ ਹਾਂ ਜਿਸ ਖਬਰਾਂ ਕਰਕੇ ਪੂਰਾ ਹਫਤਾ ਭਰ ਸਰਗਰਮ ਰਿਹਾ ਹੋਵੇ ਜੇਕਰ ਪਿਛਲੇ ਹਫਤੇ ਦੀ ਗੱਲ ਕੀਤੀ ਜਾਵੇ ਤਾਂ ਅਜਿਹੀਆਂ ਕਈ ਵੱਡੀਆਂ ਖਬਰਾਂ ਰਹੀਆਂ ਜਿਸ ਕਰਕੇ ਪੂਰਾ ਹਫਤਾ ਸਰਗਰਮ ਰਿਹਾ ਸਿਆਸਤ ਵੀ ਖੂਬ ਗਰਮਾਹੀ ਹੋਸੀ ਵਾਕੁਆ ਕ ਮੁੱਦੇ ਨੂੰ ਲੈ ਕੇ ਸੋਨਾਂ ਮੁੱਦਿਆਂ ਤੇ ਚਰਚਾ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਤੇ ਗੱਲਬਾਤ ਕਰਨੇ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋ ਜੀ ਸਭ ਤੋਂ ਟਿੱਲੋ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਜੀ ਟਿੱਲੋ ਜੀ ਜੇਕਰ ਪਿਛਲੇ ਹਫ਼ਤੇ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਅਜਿਹੇ ਵੱਡੀਆਂ ਖਬਰਾਂ ਰਹੀਆਂ ਨੇ ਜਿਸ ਕਰਕੇ ਪੂਰਾ ਹਫ਼ਤਾ ਕਾਫੀ ਗਰਮ ਗਰਮਾ ਹੋ ਰਿਹਾ ਤੇ ਸਿਆਸਤ ਵੀ ਖੂਬ ਗਰਮਾਈ ਹੋਈ ਸੀ ਸਭ ਤੋਂ ਪਹਿਲਾਂ ਅਸੀਂ ਚਰਚਾ ਕਰਾਂਗੇ ਮੁਫਤ ਖੋਰੀ ਦੇ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਲਗਾਤਾਰ ਦੇਖਿਆ ਜਾਂਦਾ ਕਿ ਸਰਕਾਰਾਂ ਦੇ ਵੱਲੋਂ ਮੁਫਤ ਖੋਰੀ ਦੇ ਰਾਹ ਦੇ ਉੱਤੇ ਜਨਤਾ ਨੂੰ ਪਾਇਆ ਜਾ ਰਿਹਾ ਉਸ ਦੇ ਚੱਲਦੇ ਹੋਏ ਮੁਫਤ ਸਹੂਲਤਾਂ ਲਈ ਕੇਂਦਰ ਨੀਤੀ ਆਯੋਗ ਅਤੇ ਹੋਰ ਭਾਈਵਾਲ ਸਿਰ ਜੋੜ ਕੇ ਬੈਠਣ ਇਹ ਕਹਿਣਾ ਸੁਪਰੀਮ ਕੋਰਟ ਦਾ ਸਾਡੇ ਜਿਹੜੇ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਐਨ ਬੀ ਰਮੰਨਾ ਸਾਹਿਬ ਜਿਹੜੇ ਐਸੇ ਸ਼ਾਇਦ 24 ਜੁਲਾਈ ਨੂੰ ਸੇਵਾਮੁਕਤ ਹੋਣ ਜਾ ਰਹੇ ਨੇ 24 ਅਗਸਤ ਉਹਨਾਂ ਨੇ ਇਹ ਟਿੱਪਣੀ ਕੀਤੀ ਉਹਨਾਂ ਦੇ ਨਾਲ ਇੱਕ ਹੋਰ ਸੀਨੀਅਰ ਜੱਜ ਸਾਹਿਬਾਨ ਡੀਵਾਈ ਚੰਦਰ ਚੂੜ ਸਾਬ ਸੀ ਔਰ ਸਾਡੇ ਜਿਹੜੇ ਅਗਲੇ ਮੁੱਖ ਜੱਜ ਨੇ ਜੂ ਜੂ ਲਲਤ ਉਹ ਵੀ ਉਮੀਦ ਹੈ ਕਿ ਇਸ ਮਹੀਨੇ ਦੇ ਵਿੱਚ ਉਹਨਾਂ ਨੇ ਆਪਣਾ ਕਾਰਜਪਾਲ ਸੰਭਾਲ ਲੈਣਾ ਉਹਨਾਂ ਤੇ ਗੁਨਾ ਪੈਂਦਾ ਨજર ਆ ਰਹੇਗਾ ਇਹਨਾਂ ਨੇ ਕਿਹਾ ਪਿਛਲੇ ਦਿਨਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਇੱਕ ਰਿਓੜੀਆਂ ਵਾਲਾ ਸ਼ਬਦ ਉਹ ਕਿਹਾ ਤਾਂ ਕੇਜਰੀਵਾਲ ਨੂੰ ਸੀ ਹਮ ਇੱਕ ਦੂਜੇ ਤੇ ਬਾਹਰ ਪਲਟ ਬਾਹਰ ਚਲਦੇ ਰਹੇ ਕੋਈ ਗਰੰਟੀਆਂ ਦਿੰਦਾ ਹੈ ਕੋਈ ਮੁਕਤ ਖੋਰੀ ਦਿੰਦਾ ਹੈ ਇਹ ਸ਼ੁਰੂਆਤ ਹੁੰਦੀ ਹੈ ਤਿੰਨ ਦਹਾਕੇ ਪੁਰਾਣੀ ਘਾਟੇ ਦੇ ਵਿੱਚ ਪੰਜਾਬ ਵਾਲੇ ਵੀ ਨਹੀਂ ਰਹੇ 1996 ਦੇ ਵਿੱਚ ਕੁਝ ਸਮੇਂ ਲਈ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਬਣੇ ਸੀ ਉਹਨਾਂ ਨੇ ਸੱਤ ਕਿੱल्ल्या ਨੂੰ ਬਿਜਲੀ ਮੁਕਤ ਕਰਤੀ ਤੇ ਬਾਦਲ ਸਾਹਿਬ ਨੇ ਕਿਹਾ ਸ਼ੁਰੂਆਤ ਬਾਦਲ ਸਾਹਿਬ ਨੇ ਕੀਤੀ ਸੀ ਇਹਨਾਂ ਨੇ ਆਪਣੇ ਚੋਣ ਮਰੋਰਥ ਪੱਤਰ ਚੋਂ ਮੰਗ ਪਾ ਲਈ ਤਾਂ ਬਾਦਲ ਸਾਹਿਬ ਕਹਿਣ ਲੱਗੇ ਕਿ ਬੀਬੀ ਰਜਿੰਦਰ ਕੌਰ ਪਠੱਲ ਨੇ ਸਾਡਾ ਵਸਤਾ ਚੋਰੀ ਕਰ ਲਿਆ ਤੇ ਬੀਬੀ ਰਜਿੰਦਰ ਕੌਰ ਪਠੱਲ ਕਿਹੜਾ ਘੱਟ ਸੀ ਕਿ ਉਹ ਵੀ ਤਾਂ ਜਵਾਬ ਦੇਈ ਦੇ ਵਿੱਚ ਬਹੁਤ ਤੇਜ ਹੈ ਉਹ ਕਹਿੰਦੇ ਬਾਦਲ ਇੱਕ ਨਲਾਇਕ ਵਿਦਿਆਰਥੀ ਹੈ ਜਿਨ੍ਹਾਂ ਨੂੰ ਵਸਤਾ ਸਾਹਮਣਾ ਵੀ ਨਹੀਂ ਆਉਂਦਾ ਚਲੋ ਬਾਦਲ ਸਾਹਿਬ ਆ ਗਏ ਉਹਨਾਂ ਨੇ ਸਾਰਾ ਕੁਝ ਕਿਸਾਨਾਂ ਨੂੰ ਮੁਕਤ ਬਿਜਲੀ ਵਾਲਾ ਰਾਹ ਪਾਤਾ ਇਸੇ ਕਰਕੇ ਪੰਜਾਬ ਦਾ ਪਾਣੀ ਤੇਜ਼ੀ ਨਾਲ ਥੱਲੇ ਡਿੱਗ ਰਿਹਾ ਹੈ। ਆਪਾਂ ਤੁਹਾਨੂੰ ਯਾਦ ਹੈ ਕਿ 5-6 ਦਿਨ ਪਹਿਲਾਂ ਪ੍ਰੋਗਰਾਮ ਕਰ ਰਹੇ ਸੀ ਦੁਪਹਿਰ ਵਾਲਾ ਸਿਆਸੀ ਕਮਾਸਾਨ। ਉਹਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਆਪਾਂ ਨੂੰ ਫੋਨ ਆਇਆ ਸੀ ਕਿ ਇੱਕ ਪਾਸੇ ਲੋਕ ਖੇਤਾਂ 'ਚੋਂ ਪਾਣੀ ਕੱਢ ਰਹੇ ਨੇ, ਮੀਂਹ ਇੰਨਾ ਪੈ ਗਿਆ ਤੇ ਉਹਨਾਂ ਨੇ 4-5 ਕਿਸਾਨਾਂ ਦੀਆਂ ਮੋਟਰਾਂ ਦਾ ਜ਼ਿਕਰ ਕੀਤਾ ਸੀ। ਜੀ। ਕਿ ਉੱਥੇ ਮੋਟਰਾਂ ਵੀ ਚੱਲ ਰਹੀਆਂ ਨੇ ਕਿਉਂਕਿ ਸਾਰਿਆਂ ਦੇ ਆਟੋਮੈਟਿਕ ਸਿਸਟਮ ਲੱਗ ਗਿਆ ਇੱਕ ਪਾਸੇ ਨਾਲ ਦੇ ਖੇਤ ਕੀਤਾ ਚੋ ਕਿਸਾਨ ਪਾਣੀ ਕੱਢ ਰਿਹਾ ਹੈ ਤੇ ਉਹਨਾਂ ਦੀ ਮੋਟਰ ਚੱਲ ਰਹੀ ਹੈ ਫਿਰ ਇਹ ਜਿਹੇ ਦੀ ਮੋਟਰ ਤਾਂ ਬੰਦ ਕਰਕੇ ਜੇ ਕਿਦਰੇ ਇਹ ਬਿਲ ਆਲੀ ਹੁੰਦੀ ਕਿ ਬਿੱਲ ਦੇਣਾ ਪੈਣਾ ਤੇ ਮੁਕਤ ਖੋਰੀ ਦਾ ਫਿਰ ਇਹ ਨਜਾਇਜ਼ ਲਾਭ ਨਹੀਂ ਸੀ ਹੋਣਾ ਹੁਣ ਇਹਨਾਂ ਨੇ 300 ਯੂਨਟ ਕਰਤੇ ਕਿ ਅਸੀਂ ਫ੍ਰੀ ਦੇਵਾਂਗੇ ਜੋ ਗੁਜਰਾਤ ਤੇ ਹਿਮਾਚਲ ਚ ਵੀ ਜਾ ਕੇ ਮੁਕਤ ਖੋਰੀ ਦਾ ਰਾਗ ਅਲਾਪਤਾ ਕੇਜਰੀਵਾਲ ਸਾਹਿਬ ਨੇ ਸੋ ਇਹਦੇ ਵਿੱਚ ਸੁਪਰੀਮ ਕੋਰਟ ਨੇ ਸਖਤ ਫੈਸਲਾ ਕੀਤਾ ਜਿਵੇਂ ਅੱਜ ਨੀਤੀ ਆਯੋਗ ਦੀ ਗਵਰਨਿੰਗ ਕਾਉਂਸਲ ਦੀ ਮੀਟਿੰਗ ਹੋ ਰਹੀ ਹੈ ਹੋਈ ਹੈ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਨੇ ਕਿਹਾ ਸੁਪਰੀਮ ਕੋਰਟ ਨੇ ਕਿ ਨੀਤੀ ਆਯੋਗ ਇਹ ਨਾਂ ਬਦਲਦੇ ਤੁਰੇ ਫਿਰਦੇ ਹੈ ਨਾ ਇਹਦਾ ਪਲਾਨਿੰਗ ਕਮਿਸ਼ਨ ਹੁੰਦਾ ਸੀ ਆ ਪੰਡਿਤ ਜਵਾਹਰ ਲਾਲ ਨਹਿਰੂ ਵੇਲੇ ਤੋਂ ਪਰ ਮੋਦੀ ਸਾਹਿਬ ਨੇ ਇਹਨੂੰ ਨੀਤੀ ਆਯੋਗ ਹੁੰਦੀ ਤਾਂ ਨੀਤੀ ਹੋਈ ਹੈ ਪਲਾਨਿੰਗ ਵੀ ਦਾ ਯੋਜਨਾ ਯੋਜਨਾ ਨੂੰ ਨੀਤੀ ਕਹਿੰਦੇ ਆ ਹਿੰਦੀ ਚ ਸੋ ਉਹਦਾ ਨਾਮ ਬਦਲਤਾ ਇਹ ਕੀਤਾ ਜਾਵੇ ਕਿ ਜਿਹੜਾ ਮੁਕਤ ਖੁਰੀ ਆਲਾ ਮਾਮਲਾ ਸੁਪਰੀਮ ਕੋਰਟ ਕਹਿੰਦੀ ਹੈ ਕਿ ਇਹ ਤੇ ਵਿਚਾਰੋ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਇਹ ਵੋਟਰਾਂ ਨੂੰ ਕਰਪਟ ਕਰਨ ਵਾਲੇ ਪਾਸੇ ਤੋਰ ਰਿਹਾ ਹੈ ਜੀ ਗੱਲ ਕਰਾਂਗੇ ਖੇਡਣ ਲੈ ਕੇ ਕਿ ਰਾਸ਼ਟਰੀ ਮੰਡਲ ਖੇਡਾਂ ਚ ਪਰਤੇ ਖਿਡਾਰੀਆਂ ਦਾ ਅੰਮ੍ਰਿਤਸਰ ਤੇ ਪਰਮਾ ਸਵਾਗਤ ਕੀਤਾ ਗਿਆ ਉਤਿਮ ਐਸਪਿੰਡ ਦੀ ਹਰਜਿੰਦਰ ਕੌਰ ਜੋ ਕਿ ਕਾਂਸੀ ਦਾ ਤਗਮਾ ਜਿੱਤ ਕੇ ਲੈ ਕੇ ਸੀ ਅਰੀਨਾ ਜੀ ਕੱਲ ਅਮਰਤਸਰ ਦੇ ਗੁਰੂ ਰਾਮਦਾਸ ਹਵਾਈ ਅੱਡੇ ਦੇ ਉੱਤੇ ਉਹ ਖਿਡਾਰੀ ਪਰਤੇ ਆਏ ਨੇ ਜਿਨ੍ਹਾਂ ਨੇ ਜਿਨ੍ਹਾਂ ਦੇ ਇਵੈਂਟ ਉੱਥੇ ਮੁਕੰਮਲ ਹੋ ਚੁੱਕੇ ਨੇ ਜੀ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਸਾਡੇ ਉਹ ਖਿਡਾਰੀ ਨੇ ਖਾਸ ਕਰ ਭਾਰ ਤੋਲਕ ਕੁਸ਼ਤੀ ਵਾਲੇ ਜਿਨ੍ਹਾਂ ਨੇ ਸੋਨੇ ਦੇ ਤਗਮੇ ਵੀ ਜਿੱਤੇ ਨੇ 12 ਇਹ ਸੋਨੇ ਦੇ ਤਗਮੇ ਜਿੱਤੇ ਆਏ 11 ਚਾਂਦੀ ਦੇ ਤੇ 12 ਕਾਸੀ ਦੇ ਅਜੇ ਵੀ ਜੇਤੂ ਤਰਾ ਦੀ ਜਿਹੜੀ ਲਹਿਰ ਆ ਉਹ ਜਾਰੀ ਹੈ ਇਹਦੇ ਵਿੱਚ ਬਹੁ ਗਿਣਤੀ ਤੱਕਵੇਂ ਉਹ ਨੇ ਜਿਹੜੇ ਵਿਅਕਤੀਗਤ ਤੌਰ ਤੇ ਜਿਵੇਂ ਖੰਨੇ ਦਾ ਗੁਰਦੀਪ ਸਿੰਘ ਹੈ ਮਹਸਪਿੰਡ ਦੀ ਹਰਜਿੰਦਰ ਕੌਰ ਹੈ ਹਰਜਿੰਦਰ ਕੌਰ ਬਹੁਤ ਹੀ ਆਮ ਛੋਟੇ ਪਰਿਵਾਰ ਨਾਲ ਸੰਬੰਧਿਤ ਹੈ ਜਿਨ੍ਹਾਂ ਦੀ ਆਰਥਿਕਤਾ ਕੋਈ ਬਹੁਤੀ ਵੱਡੀ ਨਹੀਂ ਸੀ ਪਰ ਬਾਰੇ ਬਾਰੇ ਜਾਈਏ ਉਹਨਾਂ ਦੇ ਕੋਚ ਪਰਮਵੀਰ ਸ਼ਰਮਾ ਸਾਹਿਬ ਦੇ ਪਰਮਜੀਤ ਸ਼ਰਮਾ ਸਾਹਿਬ ਦੇ ਜਿਹੜੇ ਖੁਦ ਅਰਜਨਾ ਅਵਾਰਡੀ ਨੇ ਉਹਨਾਂ ਨੇ ਉਹਨੂੰ ਪਛਾਣਿਆ ਉਹਦੀ ਮਿਹਨਤ ਕਰਾਈ ਉਦੀ ਮਿਹਨਤ ਰੰਗ ਲੈ ਕੇ ਆਈ ਇਹ 100 ਅਰਬ 40 ਕਰੋੜ ਦਾ ਭਰਤਵਾਰਸ਼ ਇਹ ਦੱਸੇਗਾ ਕਿ ਐਡੇ ਵੱਡੇ ਮੁਲਕ ਦੇ ਵਿੱਚ ਇਹਨਾਂ ਦਾ ਪਿਛਲੇ ਪਾਸੇ ਉਹ ਨਾਂ ਕਿਉਂ ਹੁੰਦਾ ਹੈ ਤਗਮੇ ਲੈਣ ਦੇ ਵਿੱਚ ਇਹ ਪਹਿਲਿਆਂ ਚ ਕਿਉਂ ਨਹੀਂ ਜਾਂਦੇ ਹੁਣ ਵੀ ਸੱਤ ਮੁਲਕ ਨੇ ਪਿਛਲੇ ਪਾਸੇ ਸੀ ਹੁਣ ਵੀ ਪੰਜਵੇਂ ਤੇ ਨੇ ਨਿਊਜ਼ੀਲੈਂਡ ਤੋਂ ਥੱਲੇ ਨੇ ਤੇ ਦੋ ਐ ਜਿਹੜੇ ਮੁਲਕ ਇਹਨਾਂ ਤੋਂ ਥੱਲੇ ਰਹਿ ਗਏ ਨੇ ব্যক্তিগত ਦੇ ਵਿੱਚ ਜਿੰਨਾ ਕੁਸ਼ ਇਸ ਮੁਲਕ ਨੇ ਪ੍ਰਾਪਤ ਕੀਤਾ ਟੀਮ ਦੇ ਮਾਮਲੇ ਵਿੱਚ ਅਸੀਂ ਬਹੁਤ ਪਿੱਛੇ ਐ ਤੇ ਕੜਮ ਚੌਧਰੀਆਂ ਦੇ ਆਧਾਰ ਤੇ ਜਿਹੜੀਆਂ ਇਹ ਖੇਡ ਫੈਡਰੇਸ਼ਨਾਂ ਬਣੀਆਂ ਵੀਆਂ ਨੇ ਐਸੋਸੀਏਸ਼ਨਾਂ ਬਣੀਆਂ ਪਈਆਂ ਨੇ ਉਹਦਾ ਸਾਰਿਆਂ ਤੇ ਸਰਮਾਇਦਾਰੀ ਭਾਰੂ ਹੈ ਇਹਦੀ ਥਾਤੇ ਜੇ ਇਹਨਾਂ ਫੈਡਰੇਸ਼ਨਾਂ ਦੇ ਵਿੱਚ ਉਹਨਾਂ ਸਾਬਕਾ ਖਿਡਾਰੀਆਂ ਨੂੰ ਇਹਨਾਂ ਦੇ ਵਿੱਚ ਮੈਂਬਰ ਬਣਾਇਆ ਜਾਵੇ ਇਹਨਾਂ ਦੀ ਬਾਗਡੋਰ ਦਿੱਤੀ ਜਾਵੇ ਜਿਹੜੇ ਕੁਝ ਨਾ ਕੁਝ ਪ੍ਰਾਪਤੀਆਂ ਕਰਕੇ ਆਏ ਹੋਣ ਬੜੀ ਵਧੀਆ ਗੱਲ ਹੈਗੀ ਕਿ ਕਈ ਫੈਡਰੇਸ਼ਨਾਂ ਚੰਗੇ ਕੰਮ ਵੀ ਕਰ ਰਹੀਆਂ ਨੇ ਇਹਨਾਂ ਤੋਂ ਪਹਿਲਾਂ ਕੋਈ ਦੱਸ ਦੇਵੇ ਕਿ ਇਹਨਾਂ ਖਿਡਾਰੀਆਂ ਨੂੰ ਕੋਈ ਜਾਣਦਾ ਸੀ ਉਸ ਤੋਂ ਬਾਅਦ ਬੀਤੀ ਸ਼ਾਮ ਇਹ ਖਿਡਾਰੀ ਐਨਆਈਐਸ ਪਟਿਆਲਾ ਪਹੁੰਚ ਗਏ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਜੀ ਇੱਥੋਂ ਹੀ ਗਏ ਸਨ ਤੇ ਇੱਥੇ ਹੀ ਪਰਤ ਆਏ ਨੇ ਇਹ ਦੱਸ ਦਿਓ ਕਿ ਜਿਨ੍ਹਾਂ ਦਾ ਜਮਾ ਨਾਲ ਲੱਗਦਾ ਹੈ ਇੱਥੇ ਜਿੰਨੀਆਂ ਸਰਕਾਰਾਂ ਸਾਡੀਆਂ ਆਈਆਂ ਉਹਨਾਂ ਨੇ ਖੇਡ ਬਜਟ ਕਿੰਨੇ ਕੁ ਰੱਖੇ ਤੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਵਿੱਚੋਂ ਬਹੁਤ ਸਾਰੇ ਕੋਰਸ ਇੱਥੋਂ ਬੰਦ ਕਰਕੇ ਦੂਜੇ ਰਾਜਾਂ ਨੂੰ ਚਲੇ ਗਏ ਤੇ ਇਹਨਾਂ ਨੂੰ ਸਾਂਭਣ ਵਾਸਤੇ ਇਹਨਾਂ ਨੇ ਕਿਹੜਾ ਉਪਰਾਲਾ ਕੀਤਾ ਖੇਡਾਂ ਦਾ ਬਜਟ ਮੌਜੂਦਾ ਸਰਕਾਰ ਨੇ ਵੀ 25 ਕਰੋੜ ਦਾ ਰੱਖਿਆ 23 ਜ਼ਿਲ੍ਹੇ ਨੇ 1 ਕਰੋੜ 10 ਲੱਖ ਇੱਕ ਦੇ ਹਿੱਸੇ ਆਉਂਦਾ ਹੈ ਕੀ 1 ਕਰੋੜ 10 ਲੱਖ ਦੇ ਨਾਲ ਇਹਨਾਂ ਖਡਾਰੀਆਂ ਦੀ ਡਾਈਟੀ ਦਿੱਤੀ ਜਾ ਸਕਦੀ ਹੈ ਸਟੇਡੀਅਮ ਬਣਾਉਣੇ ਤਾਂ ਪਾਸੇ ਦੀ ਗੱਲ ਰਹੀ ਪਿੰਡ ਪਿੰਡ ਸਟੇਡੀਅਮ ਦੀ ਥਾਂ ਤੇ ਗਰਾਊਂਡ ਬਣਾ ਦਿਓ ਪਿੰਡ ਪਰ ਸਟੇਡੀਅਮ ਸਬਡਿਵੀਜ਼ਨ ਪੱਧਰ ਤੇ ਵੱਡੇ ਬਣਾ ਦਿਓ ਤਾਂ ਕਿ ਬਾਅਦ ਦੇ ਵਿੱਚ ਉੱਥੇ ਕਿਤੇ ਡੰਗਰ ਤੁਰੇ ਫਿਰਦੇ ਨੇ ਕਿਤੇ ਘਾਹ ਉੱਗ ਗਿਆ ਇਸ ਕਰਕੇ ਇਹਦੀ ਦੂਰ ਦੀ ਨੀਤੀ ਬਣਾਓ ਜਿਹੜੀ ਅੱਗੇ ਸਰਵਾਈਵ ਕਰ ਸਕੇ ਤਾਂ ਅਸੀਂ ਆਸ ਰੱਖਾਂਗੇ ਕਿ ਖਿਡਾਰੀਆਂ ਇੱਕ ਜਿਹੜਾ ਲੰਬੀ ਛਾਲ ਵਾਲਾ ਬੱਚਾ ਆਇਆ ਹੈਗਾ ਉਹਨੂੰ ਦਾ ਆਖਰ ਤੱਕ ਪਤਾ ਨਹੀਂ ਸੀ ਕਿ ਉਹਨੂੰ ਖੜਾਉਣਗੇ ਵੀ ਕਿ ਨਹੀਂ ਖੜਾਉਣਗੇ ਉਹ ਭਾਈ ਭਤੀਜੇ ਬਾਦ ਦਾ ਸ਼ਿਕਾਰ ਹੋ ਗਿਆ ਜਿਨ੍ਹਾਂ ਨੇ ਉਹਦੇ ਨਾਲ ਇਸ ਤਰ੍ਹਾਂ ਦਾ ਰੰਜਿਸ਼बाजी ਕੀਤੀ ਹੈ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਜਾਣ ਬੁੱਝ ਕੇ ਉਹਨੂੰ ਬਾਹਰ ਕੱਢਿਆ ਗਿਆ ਸੀ ਉਹ ਫੇਰ ਵੀ ਮਦਦ ਤੱਕ ਮਜਿੱਤ ਕੇ ਮੁੜਿਆ ਜੀ ਜੀ ਦਿਲੋ ਜੀ ਗੱਲ ਕੀਤੀ ਜਾਵੇ ਪਲਾਸਟਿਕ ਦੀ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਾਲੇ ਕਿਤੇ ਜ਼ਾਰਾ ਨੇ ਕਿ ਪੰਜਾਬ ਨੂੰ ਪਲਾਸਟਿਕ ਮੁਕਤ ਬਣਾਇਆ ਜਾਵੇਗਾ ਇਹ ਮੀਤ ਹਿਆਰ ਦਾ ਵੀ ਕਹਿਣਾ 5 ਤਰੀਕ ਲੰਗੀ ਨੂੰ ਵਾਤਾਵਰਨ ਦੇ ਸਬੰਧ ਵਿੱਚ ਧੂਰੀ ਦੇ ਵਿੱਚ ਇੱਕ ਰਾਜਪਦਰੀ ਸਵਾਗਮ ਹੋਇਆ ਉਸ ਤੋਂ ਪਹਿਲਾਂ ਉਸੇ ਦਿਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੰਤ ਬਾਬਾ ਅਤਰ ਸਿੰਘ ਮੈਡੀਕਲ ਕਾਲਜ ਦਾ ਨੀਂ ਪੱਥਰ ਵੀ ਰੱਖਿਆ ਇਸ ਸੂਬਾ ਪਧਰੀ ਸਭਾਗਮ ਦੇ ਵਿੱਚ ਜਿਹੜੇ ਸਾਡੇ ਵਾਤਾਵਰਨ ਨਾਲ ਸੰਬੰਧਿਤ ਮੰਤਰੀ ਨੇ ਮੀਤ ਹੇਰ ਸਾਹਿਬ ਉਹਨਾਂ ਨੇ ਬਕਾਇਦਾ ਐਲਾਨ ਕੀਤਾ ਕਿ ਹੁਣ ਪਲਾਸਟਿਕ ਦੇ ਦਿਨ ਪੁੱਗ ਗਏ ਪਲਾਸਟਿਕ ਬੰਦ ਹੋਵੇਗਾ ਤੇ ਇਸ ਸੰਬੰਧ ਦੇ ਵਿੱਚ ਸੰਬੰਧਿਤ ਜਿਹੜੀਆਂ ਟੀਮਾਂ ਨੇ ਉਹ ਕਾਫੀ ਪਲਾਸਟਿਕ ਇਕੱਠਾ ਕਰ ਰਹੀਆਂ ਨੇ ਜਬਤ ਕਰ ਰਹੀਆਂ ਨੇ ਜੁਰਮਾਨੇ ਕਰ ਰਹੀਆਂ ਨੇ ਪਰੇ ਜਿਹੜਾ ਪਲਾਸਟਿਕ ਜਿੱਥੋਂ ਬਣਦਾ ਹੈ ਜਦੋਂ ਸੁਪਰੀਮ ਕੋਰਟ ਵੀ ਕਹਿੰਦੀ ਆ ਵੈਨ ਕੇਂਦਰ ਸਰਕਾਰ ਵੀ ਕਹਿੰਦੀ ਆ ਵੈਨ ਸੂਬੇ ਦੀਆਂ ਸਰਕਾਰਾਂ ਵੀ ਕਹਿੰਦੀਆਂ ਨੇ ਵੈਨ ਤੇ ਫਿਰ ਇਹ ਬਰਾਇਆ ਕਾਦੇ ਵਾਸਤੇ ਜਾ ਰਿਹਾ ਹੈ ਤੇ ਮਣਾ ਮੁਹੀ ਟਰੱਕਾਂ ਤੇ ਟਰੱਕ ਭਰ ਕੇ ਆ ਰਹੇ ਨੇ ਉਥੋਂ ਕਿਉਂ ਨਹੀਂ ਰੁਕਿਆ ਜਾਂਦਾ ਜੀ ਸਿੰਗਲ ਯੂਜ਼ ਪਲਾਸਟਿਕ ਦੇ ਵਿੱਚ ਸਭ ਤੋਂ ਵੱਧ ਜਿਹੜੀਆਂ ਸਮੱਸਿਆਵਾਂ ਨੇ ਉਹ ਸੀਵਰੇਜ ਦੀਆਂ ਪੈਦਾ ਹੁੰਦੀਆਂ ਨੇ ਹੂੰ ਤੇ ਸੀਵਰੇਜ ਦੇ ਮਾਮਲੇ ਦੇ ਵਿੱਚ ਇਹਨਾਂ ਨੂੰ ਜਿਹੜਾ ਸਭ ਤੋਂ ਵੱਧ ਜੇ ਸਮੱਸਿਆ ਇਸ ਵੇਲੇ ਸੀਵਰੇਜ ਦੀ ਹੈ ਔਰ ਉਹ ਪਵਿੱਤਰ ਜਾਨਵਰ ਗਊ ਮਾਤਾ ਜਿਨ੍ਹਾਂ ਨੂੰ ਮਾਤਾ ਦਾ ਖਿਤਾਬ ਦਿੱਤਾ ਭਾਵੇਂ ਜਿੰਨੇ ਟੱਠੇ ਤੁਰੇ ਫਿਰਦੇ ਆ ਉਹਨਾਂ ਨੂੰ ਪਿਤਾ ਜੀ ਦਾ ਖਿਤਾਬ ਤਾਂ ਨਹੀਂ ਅਸੀਂ ਕਿਸੇ ਨੇ ਦਿੱਤਾ ਕਦੇ ਪਰ ਗਊ ਮਾਰਨ ਨੂੰ ਗਊ ਮਾਤਾ ਦਾ ਖਿਤਾਬ ਦਿੰਨੇ ਆ ਤੇ ਜਦੋਂ ਉਹਨਾਂ ਗਊਆਂ ਦੇ ਪੋਸਟਮਾਰਟਮ ਹੈ ਬਹੁਤ ਸਾਰੇ ਇਹੋ ਜਿਹੇ ਚੌਧਰੀ ਵੀ ਨੇ ਜਿਹੜੇ ਸਵੇਰੇ ਦੁੱਧ ਚੋਇਆ ਡੰਡਾ ਮਾਰਿਆ ਬਜ਼ਾਰਾਂ ਦੇ ਵਿੱਚ ਖਾਣ ਵਾਸਤੇ ਛੜਤੀਆਂ ਸ਼ਾਮ ਨੂੰ ਫੇਰ ਕੰਨ ਫੜਿਆ ਦੁੱਧ ਚੋਇਆ ਫੇਰ ਛੱਡਤਾ ਉਹਨਾਂ ਤੇ ਇੱਕ ਤੱਕ ਸਖਤ ਤੋਂ ਸਖਤ ਪਰਚਾ ਦਰਜ ਹੋਣਾ ਚਾਹੀਦਾ ਹੈ ਦੂਜਾ ਜਦੋਂ ਇਹਨਾਂ ਦਾ ਪੋਸਟਮਾਰਟਮ ਹੁੰਦਾ ਤਾਂ ਵੱਡੀ ਗਿਣਤੀ ਵਿੱਚ ਪਲਾਸਟਿਕ ਇਸ ਸਾਡੇ ਪਵਿੱਤਰ ਜਾਨਵਰ ਦੇ ਢਿੱਡਾਂ 'ਚੋਂ ਨਿਕਲਦਾ ਹੈਗਾ ਜ਼ਿੰਮੇਵਾਰ ਕੌਣ ਹੈ ਉਹਨੂੰ ਨਾਂ ਦੇਣ ਵਾਸਤੇ ਤਾਂ ਮਰਜ਼ੂਰ ਹੈ ਕਿ ਮਾਤਾ ਹੈ ਤੇ ਜਦੋਂ ਇਹ ਕੰਡਮ ਹੋ ਜਾਂਦੀਆਂ ਨੇ ਉਦੋਂ ਫਿਰ ਇਹਨਾਂ ਨੂੰ ਡੰਡੇ ਮਾਰ ਕੇ ਸੜਕਾਂ ਤੇ ਸੁੱਟ ਦਿੱਤਾ ਜਾਂਦਾ ਐਸ ਵੇਲੇ ਅਵਾਰਾ ਕੁੱਤਿਆਂ ਦੀ ਅਵਾਰਾ ਕੁੱਤਿਆਂ ਦੇ ਨਾਲੋਂ ਹੁਣ ਤੱਕ ਕਈ ਜਿਹੜੇ ਪਾਲਤੂ ਕੁੱਤੇ ਨੇ ਉਹਨਾਂ ਦੀ ਸਮੱਸਿਆ ਵੀ ਬਹੁਤ ਵੱਡੀ ਬਣ ਗਈ ਹੈ ਪਾਲਤੂ ਇਹਨਾਂ ਦਾ ਅਵਾਰਾ ਡੰਗਰਾਂ ਦੀ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਪਰ ਇਹ ਮੇਰੇ ਭਾਰਤ ਮਹਾਨ ਦੇ ਵਿੱਚ ਇਹ ਸਾਰਾ ਕੁਝ ਵਾਪਰ ਰਿਹਾ ਹੈ ਇਹਨਾਂ ਦਾ ਜੇ ਪ੍ਰਬੰਧ ਨਾ ਕੀਤਾ ਤਾਂ ਅੱਜ ਸੜਕਾਂ ਤੇ ਜਿੰਨਾ ਕਤਲ ਨਹੀਂ ਹੁੰਦੇ ਜਿੰਨੇ ਸੜਕੀ ਹਾਦਸਿਆਂ ਦੇ ਵਿੱਚ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਜੀ ਡੇਲੋਜੀ ਆਯੁਸ਼ਮਾਨ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪਿਛਲਾ ਹਫ਼ਤਾ ਕਾਫੀ ਸਰਗਰਮ ਰਿਹਾ ਕਿਉਂਕਿ ਇਸ ਦੇ ਤਹਿਤ ਜੜਾ ਕੀ ਪੀਜੀਏ ਦੇ ਵਿੱਚ ਇਲਾਜ ਵੀ ਬੰਦ ਕਰ ਦਿੱਤਾ ਗਿਆ ਸੀ ਪਰ ਹੁਣ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਇਹਦੇ ਤਹਿਤ 16 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੀਜੀਆਈ ਦਾ ਦੇਣਾ ਸੀ ਜੀ ਆਯੂਸ਼ਮਾਨ ਯੋਜਨਾ ਇੱਕ ਕੇਂਦਰ ਸਰਕਾਰ ਦੀ ਯੋਜਨਾ ਹੈ ਉਹੀ ਤਾਂ ਮੈਂ ਗੱਲ ਕਹਿੰਨਾ ਇੱਕ ਪਾਸੇ ਮੁਕਤ ਖੋਰੀਆਂ ਦੂਜੇ ਪਾਸੇ ਜਿਹੜੀਆਂ ਇਸ ਤਰ੍ਹਾਂ ਦੀਆਂ ਯੋਜਨਾਵਾਂ ਜੋ ਮਨੁੱਖਤਾ ਦੇ ਭਲੇ ਲਈ ਨੇ ਉਹਨਾਂ ਦੇ ਉਹ ਫੰਡਾਂ ਦੀ ਘਾਟ ਕਾਰਨ ਥਾਂ-ਥਾਂ ਤੇ ਦਮ ਤੋੜਦਿਆਂ ਜਾ ਰਹੀਆਂ ਨੇ 1200 ਤੋਂ ਲੈ ਕੇ 1400 ਤੱਕ ਪੰਜਾਬ ਦਾ ਮਰੀਜ਼ ਬਹੁ ਗਿਣਤੀ ਕੈਂਸਰ ਵਾਲੇ ਪੀਜੀਆਈ ਦੇ ਵਿੱਚ ਇਲਾਜ ਲਈ ਜਾਂਦੇ ਨੇ ਉਹਨਾਂ ਨੇ ਹੱਥ ਖੜੇ ਕਰਤੇ ਫਿਰ ਪੰਜਾਬ ਦੀ ਸਰਕਾਰ ਨੇ ਇਹ ਗੱਲਬਾਤ ਤੈਅ ਕੀਤੀ ਤੇ ਉਹਨਾਂ ਦਾ ਜਿਹੜਾ ਫੰਡ ਪਤਾ ਲੱਗਿਆ ਕਿ ਇਹਦਾ ਹੱਲ ਕਰ ਲਿਆ ਉਹਨਾਂ ਨੂੰ ਭਰੋਸਾ ਦੇਤਾ ਜਾਂ ਉਹਨਾਂ ਨੂੰ ਫੰਡ ਦੇਤਾ ਉਹ ਦੁਬਾਰਾ ਤੋਂ ਸ਼ੁਰੂ ਹੋ ਗਈ ਹੈ ਹੁਣ ਮੋਗੇ ਦੇ ਨਿੱਜੀ ਹਸਪਤਾਲਾਂ ਦੇ ਵਿੱਚ ਵੀ ਇਹ ਬੰਦ ਹੋ ਗਿਆ ਪੰਜਾਬ ਦੇ ਹੋਰਨਾਂ ਖੇਤਰਾਂ ਵਿੱਚ ਵੀ ਇਸ ਤਹਿਤ ਜਿਹੜਾ ਮੁਕਤ ਇਲਾਜ ਹੁੰਦਾ ਹੈ ਬੀਮਾ ਕੰਪਨੀ ਵਾਲੇ ਪ੍ਰੀਮੀਅਮ ਲੈ ਕੇ ਸਰਕਾਰ ਤੋਂ ਤੁਰਦੇ ਬਣੇ ਤੇ ਉਹ ਇਲਾਜ ਹੋ ਨਹੀਂ ਰਿਹਾ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਨੇ ਚੇਤਨ ਸਿੰਘ ਜੋੜੇ ਮਾਜਰਾ ਸਾਹਿਬ ਉਹ ਤਾਂ ਹੋਰੇ ਮਾਮਲੇ ਆ ਜੇ ਜਾ ਕੇ ਉਲਝ ਗਏ ਉਹਨਾਂ ਨੂੰ ਚਾਹੀਦਾ ਇਹ ਸੀ ਕਿ ਜਿਹੜੀਆਂ ਆ ਘਾਟਾਂ ਨੇ ਪਹਿਲ ਇਹਦੇ ਤੇ ਕੀਤਾ ਜਾਂਦਾ ਉਹ ਦੂਜੇ ਮਾਮਲੇ ਬਾਅਦ ਚ ਹੋ ਜਾਂਦੇ ਅਜੇ ਵੀ ਸਿਹਤ ਮੰਤਰੀ ਸਾਹਿਬ ਨੂੰ ਸਾਰੇ ਪੰਜਾਬ ਦੇ ਹਸਪਤਾਲਾਂ ਦਾ ਇਸ ਤਰ੍ਹਾਂ ਦੀਆਂ ਯੋਜਨਾਵਾਂ ਦਾ ਇੱਕ ਚਿੱਠੀ ਪਾ ਕੇ ਬੇਰਬੇ ਮੰਗਾਉਣੇ ਚਾਹੀਦੇ ਆ ਕਿ ਡਾਕਟਰਾਂ ਦੀ ਘਾਟ ਕਿੰਨੀ ਹੈ ਦੂਜੀ ਘਾਟ ਕਿੰਨੀ ਹੈ ਨਰਸਾਂ ਕਿੰਨੀਆਂ ਘਟਣੇ ਜਿਹੜਾ ਟੈਕਨੀਕਲ ਸਟਾਫ ਆ ਉਹਦੀ ਕਿੰਨੀ ਕਾਟ ਆ ਜੇ ਅਸੀਂ ਉਹਨਾਂ ਸਾਰਿਆਂ ਨੂੰ ਪੂਰਾ ਨਹੀਂ ਕਰਾਂਗੇ ਤੇ ਇਹਨਾਂ ਹਸਪਤਾਲਾਂ ਨੇ ਦਮ ਤੋੜ ਜਾਣਾ ਤੇ ਤੁਸੀਂ ਤਾਂ ਮhalla ਕਲੀਨਿਕ ਤੋੜਨ ਵਾਲੇ ਪਾਸੇ ਤੁਰਿਓ ਤੇ ਫਿਰ ਅੱਗਾ ਦੌੜ ਪਿੱਛਾ ਚੌੜ 18-18 ਲੱਖ ਰੁਪਈਆ ਤੁਸੀਂ ਮhalla ਕਲੀਨਿਕ ਤੇ ਕਿਸੇ ਨੇ ਆਰਟੀਆਈ ਚ ਇਨਫੋਰਮੇਸ਼ਨ ਮੰਗੀ ਆ ਉਹਨਾਂ ਨੂੰ ਨਿਬਿਉਨ ਤੇ ਖਰਚ ਰਹੇ ਹੋ ਉਹਦੀ ਥਾਂ ਤੇ ਜਿਹੜੀਆਂ ਪਿੰਡਾਂ 'ਚ ਡਿਸਪੈਂਸਰੀਆਂ ਨੇ ਉਹਨਾਂ ਦੀ ਦਸ਼ਾ ਇਸ ਤੋਂ ਅੱਧੇ ਪੈਸੇ 'ਚ ਸੁਧਰ ਜਾਂਦੀ ਬਾਕੀ ਪੈਸੇ ਦਵਾਈਆਂ ਤੇ ਲਾ ਦਿਓ ਉੱਥੇ ਦਵਾਈਆਂ ਦੀ ਤੇ ਡਾਕਟਰਾਂ ਦੀ ਘਾਟ ਹੋ ਰਹੀ ਹੈ ਇਹ ਮੈਂ ਕਈ ਵਾਰ ਗੱਲ ਕਰਦਾ ਹੁੰਨਾ ਕਿ ਜਿਹੜੀ ਵੀ ਯੋਜਨਾ ਸਰਕਾਰ ਜੀ ਚਲਾਉਣੀ ਹੈ ਉਹਨੂੰ 100 ਵਾਰੀ ਸੋਚੋ ਹੁਣ ਤੱਕ ਦਾ ਸਾਡਾ ਜਿਹੜਾ ਤਜਰਬਾ ਇਹੋ ਹੀ ਰਿਹਾ ਹੈ ਕਿੱਥੇ ਅੱਜ ਜਿਹੜਾ 1977 'ਚ ਪ੍ਰਕਾਸ਼ ਸਿੰਘ ਬਾਦਲ ਨੇ ਫੋਕਲ ਪੁਆਇੰਟ ਯੋਜਨਾ ਬਣਾਈ ਸੀ ਦਮ ਤੋੜ ਗਈ ਸਾਬ ਬਿਆਨ ਸਿੰਘ ਦੀ ਸਰਕਾਰ ਦੇ ਵਿੱਚ ਉન્નਤ ਖਰਾਬ ਯੋਜਨਾ ਆਈ ਦਮ ਤੋੜ ਗਈ ਕਿਤੇ ਨਹੀਂ ਚੱਲਦੀ ਸਕੂਲ ਆ ਗਿਆ ਪਹਿਲਾਂ ਕਹਿੰਦੇ ਜੀ ਆਦਰਸ਼ ਸਕੂਲ ਬਣਾਉਣੇ ਨੇ ਫਿਰ ਕਹਿੰਦੇ 스마트 ਸਕੂਲ ਬਣਾਉਣੇ ਨੇ ਸਕੂਲ ਤਾਂ 스마트 ਬਣੇ ਨਹੀਂ ਉਹਨਾਂ ਨੂੰ ਬਣਾਉਣ ਵਾਲੇ 스마트 ਬਣ ਕੇ ਤੁਰਦੇ ਬਣੇ ਜੇ ਕੋਈ ਵੀ ਯੋਜਨਾ ਤੁਸੀਂ ਕਰਨੀ ਹੈ ਕਿਰਪਾ ਕਰਕੇ ਉਹਨੂੰ 100 ਵਾਰੀ ਸੋਚ ਕੇ ਫੇਰ ਲਾਗੂ ਕਰੋ ਜਾਂ ਪਾਸ ਵਿਧਾਨ ਸਭਾ ਚ ਕਰੋ ਵਿਰੋਧੀ ਧਿਰਾਂ ਤੋਂ ਉਹਦੇ ਜਿਹੜੇ ਓਬਜੈਕਸ਼ਨ ਨੇ ਵੀ ਤੁਹਾਨੂੰ ਇਹ ਚ ਘਾਟਾਂ ਕੀ ਲੱਗਦੀਆਂ ਨੇ ਉਹਦੇ ਤੇ ਬਹਿਸ ਕਰੋ ਸਾਰਿਆਂ ਦੇ ਇਕੱਠੇ ਸਾਈਨ ਕਰਾਓ ਤਾਂ ਕਿ ਜੇ ਸਰਕਾਰ ਉਹਨਾਂ ਦੀ ਆ ਜਾਵੇ ਉਹ ਇਹਨੂੰ ਬੰਦ ਨਾ ਕਰ ਸਕਣ ਜੀ ਜੀ ਜਸਟਿਸ ਸਰੂ ਦਾ ਕਹਿਣਾ ਹੈ ਕਿ ਐ ਜੀ ਪੀ ਸੀ ਦਾ ਚੋਣਾ ਕੋਈ ਵੀ ਜਿਹੜਾ ਅਪਰਾਧਿਕ ਵਿਅਕਤੀ ਹੋਏਗਾ ਉਹ ਚੋਣਾ ਨਹੀਂ ਲੜ ਸਕਦਾ ਬਿਲਕੁਲ ਜਿਵੇਂ ਇਸ ਵੇਲੇ ਪਾਰਲੀਮੈਂਟ ਦੇ ਵਿੱਚ 233 ਬੈਠੇ ਨੇ ਪਿਛਲੀ ਪਾਰਲੀਮੈਂਟ ਦੇ ਨਾਲੋਂ 50 ਵਧ ਗਏ। ਇਸੇ ਤਰ੍ਹਾਂ ਵਿਧਾਨ ਸਭਾਵਾਂ ਦੇ ਵਿੱਚ ਤੇ ਹੋਰਾਂ ਥਾਵਾਂ ਦੇ ਉੱਤੇ ਅਪਰਾਧਿਕ ਕੇਸਾਂ ਵਾਲੇ ਲੋਕ ਚੋਣਾਂ ਲੜਦੇ ਪਏ ਨੇ। ਉਹ ਕਹਿੰਦੇ ਇਸ ਵਾਰੀ ਐਫੀਡਵਿਟ ਲਵਾਗੇ ਅਸੀਂ। ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜੇਗਾ ਉਹ ਵੇਰਵਾ ਦੇਵੇਗਾ ਵੀ ਉਹਦੇ ਕੋਈ ਕੇਸ ਦਰਜਕ ਨਹੀਂ ਦਰਜ ਤੇ ਇਹ ਧਾਰਮਿਕ ਚੋਣਾਂ ਨੇ। ਇਦੇ ਵਿੱਚ 2011 ਤੋਂ ਬਾਅਦ ਹੋਈਆਂ ਨਹੀਂ 11 ਸਾਲ ਹੋ ਗਈਆਂ ਜਦ ਕਿ 5 ਸਾਲ ਬਾਅਦ ਹੋਣੀਆਂ ਚਾਹੀਦੀਆਂ ਨੇ ਇੱਕੋ ਪਰਿਵਾਰ ਦਾ ਦੋਸ਼ ਲੱਗਦਾ ਕਿ ਉਹ ਜਾਣਬੁੱਝ ਕੇ ਇਹਨੂੰ ਕਰਾਉਂਦੇ ਨੇ ਇਹਨਾਂ ਨੂੰ ਡਰ ਲੱਗਦਾ ਹੈ ਕਿ ਸ਼ਾਇਦ ਇੱਥੋਂ ਵੀ ਸਾਡੀ ਚੌਧਰ ਖੁੱਸ ਨਾ ਜਾਵੇ ਸੇ ਧਾਰਮਿਕ ਚੋਣਾਂ ਵਾਸਤੇ ਵੀ ਜਿਸ ਤਰ੍ਹਾਂ ਨਸ਼ਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਹੋਰ ਬੜਾ ਕੁਝ ਵਾਪਰਦਾ ਐਸ ਵਾਰ ਜਦੋਂ ਸੰਗਰੂਰ ਦੀ ਚੋਣ ਉਪ ਚੋਣ ਹੋਈ ਉੱਥੇ ਨਸ਼ੇ ਨਾਲ ਦੀ ਕੋਈ ਚੀਜ਼ ਨਜ਼ਰ ਨਹੀਂ ਆਈ ਤੇ ਸਰੋਂ ਸਾਹਿਬ ਜੇ ਕਹਿੰਦੇ ਨੇ ਬਿਲਕੁਕੁਲ ਠੀਕ ਕਹਿੰਦੇ ਨੇ ਔਰ ਇੱਕ ਪਾਸੇ ਇਹ ਕਹਿੰਦੇ ਨੇ ਕਿ ਅਸੀਂ ਸਹਿਜ ਧਾਰੀਆਂ ਨੂੰ ਵੋਟ ਨਹੀਂ ਪਾਉਣ ਦੇਣੀ ਉਹਨਾਂ ਦੀ ਵੋਟ ਨਹੀਂ ਬਣਨ ਦੇਣੀ ਤੇ ਦੂਜੇ ਪਾਸੇ 11 ਸਾਲ ਪਹਿਲਾਂ ਦਾ ਰਿਕਾਰਡ ਕੱਢ ਲਓ ਇਹਨਾਂ ਦੇ ਆਪਣੇ ਹਲਕਿਆਂ ਦੇ ਵਿੱਚ ਜਿਨ੍ਹਾਂ ਦੇ ਸਰਮੁਨੇ ਹੋਏ ਨੇ ਉਹ ਕਿੰਨੇ ਨੇ ਵੋਟਾਂ ਪਾਈਆਂ ਸੀ ਜੀ ਜੀ ਪ੍ਰਾਲੀ ਦਾ ਮੁੱਦਾ ਵੀ ਗੰਭੀਰ ਮੁੱਦਾ ਜਿਸ ਨੂੰ ਲੈ ਕੇ ਇਸ ਤੇ ਵੀ ਸਿਆਸਤ ਖੂਬ ਗਰਮਾਈ ਹੋਈ ਸੀ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਖਰ ਪਰਾਲੀ ਦੇ ਮੁੱਦੇ ਨੂੰ ਕਿਸ ਤਰੀਕੇ ਦੇ ਨਾਲ ਹੱਲ ਕੀਤਾ ਜਾ ਸਕਦਾ ਉਸੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਤਜਵੀਜ਼ ਰੱਖੀ ਹੈ ਕਿ ਪੰਜਾਬ ਤੇ ਕੇਂਦਰ ਸਰਕਾਰ ਰਲ ਕੇ ਇਕੱਠੇ ਬੈਠ ਕੇ ਇਸ ਮਸਲੇ ਦਾ ਹੱਲ ਕਰੇ ਦਿੱਲੀ ਦੇ ਮੁੱਖ ਮੰਤਰੀ ਹੋਰ ਕਿਸੇ ਚੀਜ਼ ਤੇ ਗੰਭੀਰ ਹੋਣ ਨਾ ਹੋਣ ਪਰਾਲੀ ਵਾਲੇ ਮੁੱਦੇ ਤੇ ਉਹਨਾਂ ਨੇ ਅੱਜ ਤੋਂ ਕਈ ਸਾਲ ਪਹਿਲਾਂ ਇਹ ਗੱਲ ਕਹੀ ਸੀ हरियाणा पंजाब ਤੇ ਖੁਦ ਕਿ ਆਪਾਂ ਤਿੰਨੇ ਜਨੇ ਬੈਠੀਏ ਬੈਠ ਕੇ ਦੇਖੀਏ ਕਿ ਕੁੱਲ ਮਿਲਾ ਕੇ ਇਹ ਕਿੰਨਾ ਕ ਹੈ ਪੰਜਾਬ ਦੇ ਮੁੱਖ ਮੰਤਰੀ ਉਸ ਵੇਲੇ ਦੇ ਕੈਪਟਨ ਅਬਰਿੰਦਰ ਸਿੰਘ ਨੇ ਸਿਰ ਮਾਰਤਾ ਨੋ 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 ਉਹ ਕਹਿੰਦਾ ਤੁਸੀਂ ਮੇਰੇ ਕੋਲ ਦਿੱਲੀ ਨਹੀਂ ਆਉਣਾ ਮੈਂ ਤੁਹਾਡੇ ਕੋਲੇ ਆ ਜਾਣਾ ਤੁਸੀਂ ਦੋਏ ਮੇਰੇ ਤੋਂ ਸੀਨੀਅਰ ਹੋ ਮੈਂ ਚੰਡੀਗੜਾ ਆ ਜਾਂਦਾ ਜੀ ਕੇਜਰੀਵਾਲ ਸਾਹਿਬ ਚੰਡੀਗੜਾ ਆਏ ਮਨੋਰ ਲਾਲ ਖੱਟੜ ਨੂੰ ਮਿਲੇ ਹੂੰ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲਣ ਦਾ ਟਾਈਮ ਹੀ ਨਹੀਂ ਮਿਲਿਆ ਉਹਨੇ ਟਾਈਮ ਹੀ ਨਹੀਂ ਦਿੱਤਾ ਕੇਜਰੀਵਾਲ ਸਾਹਿਬ ਤੁਹਾਨੂੰ ਕਿੱਥੋਂ ਮਿਲਦੇ ਹੋ ਉਹ ਤਾਂ ਨੀਤੀਯੋਗ ਦੀ ਮੀਟਿੰਗ ਚ ਨਹੀਂ ਗਏ ਜਿੱਥੇ ਬੈਠ ਕੇ ਰਾਜ ਲਈ ਯੋਜਨਾਵਾਂ ਬਣਨੀਆਂ ਹੁੰਦੀਆਂ ਨੇ ਕਿ ਪੰਜਾਬ ਲਈ ਕਿਹੜੀ ਯੋਜਨਾ ਕੇਂਦਰ ਨੇ ਦੇਣੀ ਹੈ ਉਹ ਚ ਪੰਜਾਬ ਦਾ ਕੀ ਹਿੱਸਾ ਸਾਰਾ ਕੁਝ ਉਹਨਾਂ ਕੋਲ ਤਾਂ ਟਾਈਮ ਹੀ ਨਹੀਂ ਸੀ ਆਮ ਲੋਕਾਂ ਚ ਚਰਚਾ ਉਹ ਤਾਂ ਕਿਸੇ ਹੋਰ ਕੰਮਾਂ ਦੇ ਵਿੱਚ ਰੁੱਝੇ ਹੋਏ ਸਨ ਆਪ ਲੋਕਾਂ ਦੀ ਸੋਸ਼ਲ ਮੀਡੀਆ ਤੇ ਚਰਚਾ ਚੱਲ ਰਹੀ ਹੈ ਕਿ ਨੀਤੀ ਅਯੋਗਤਾ ਦਾ ਦਾ ਜਾਂਦੇ ਜੇ ਸੀਤਾਪਲ ਤੋਂ ਵਿਲੇ ਹੁੰਦੇ ਉਹ ਤਾਂ ਹੋਰ ਮਾਮਲਿਆਂ ਦੇ ਵਿੱਚ ਰੁੱਝੇ ਹੋਏ ਸਨ ਪਹਾੜਾ ਤੋਂ ਉਤਰੇ ਨਹੀਂ ਜੀ ਹੁਣ ਜੇ ਪੰਜਾਬ ਦੀ ਸਰਕਾਰ ਦਿੱਲੀ ਦੀ ਸਰਕਾਰ ਇੱਕੋ ਪਾਰਟੀ ਦੀ ਹੈ ਇੱਕ ਤਜਵੀਜ਼ ਬਣੀ ਹੈ ਕਿ 2500 ਰੁਪਿਆ ਕਿਸਾਨ ਨੂੰ ਦਿੱਤਾ ਜਾਵੇ ਪ੍ਰਤੀ ਏਕੜ 500 ਰੁਪਿਆ ਕੇਂਦਰ ਦੀ ਸਰ 1500 ਰੁਪਿਆ ਕੇਂਦਰ ਦੀ ਸਰਕਾਰ ਦੇਵੇ 500 ਰੁਪਇਆ ਦਿੱਲੀ ਦੇ ਮੁੱਖ ਮੰਤਰੀ ਕਹਿੰਦੇ ਆ ਕਿ ਅਸੀਂ ਦੇਵਾਂਗੇ 500 ਰੁਪਇਆ ਪੰਜਾਬ ਦੀ ਸਰਕਾਰ ਪਾਵੇ ਤੇ ਕਿਸਾਨ ਨੂੰ 2500 ਰੁਪਇਆ ਪ੍ਰਤੀ ਕੁੰਟਲ ਏਕੜ ਪ੍ਰਤੀ ਏਕੜ ਮਿਲ ਜਾਵੇ ਇਹ ਸਮੱਸਿਆ ਦਾ ਹੱਲ ਹੋ ਸਕਦਾ ਹੈ ਇਹ ਇੱਕ ਚੰਗੀ ਗੱਲ ਹੈ ਜੇ ਇਹਨੂੰ ਅਮਲੀ ਜਾਮਾ ਪਹਿਨਾ ਦਿੱਤਾ ਜਾਵੇ ਜਿਹੜੀਆਂ ਕੰਬਾਈਨਾਂ ਦੇ ਉੱਤੇ ਐਸ ਐਮ ਐਸ ਸਟੇਜ ਮੈਨੇਜਮੈਂਟ ਸਿਸਟਮ ਲੱਗਿਆ ਹੋਇਆ ਹੈ ਭਾਵ ਪ੍ਰਾਲੀ ਪ੍ਰਬੰਧਨ ਪ੍ਰਣਾਲੀ ਲੱਗੀ ਹੋਈ ਹੈ ਉਹ ਜਿਹੜਾ ਕਮਬਾਈਨ ਹੈ ਉਹ ਕੁਤਰਾ ਕਰਕੇ ਸੱਟ ਦਿੰਦੀ ਹੈ ਤੇ 500 ਰੁਪਿਆ ਏਕੜ ਦਾ ਵੱਧ ਲੈਂਦੀ ਹੈ ਇਹਦੇ باوجود ਵੀ ਕਿਸਾਨ ਕੋਲੇ ਫਿਰ 2000 ਰੁਪਿਆ ਬਚ ਜਾਵੇਗਾ ਇਹਦੇ ਲਈ ਬਣਦੇ ਸੰਧ 1100 ਕੁਝ ਕਰੋੜ ਦੀ ਪਿਛਲੀ ਸਰਕਾਰ ਬੋਕੇ 3 ਸਾਲਾਂ ਚ ਜਾਰੀ ਹੋਇਆ ਤੇ ਕੈਪਟਨ ਅਮਰਿੰਦਰ ਸਿੰਘ ਵੇਲੇ ਤੋਂ ਲੈ ਕੇ ਚੰਨੀ ਸਾਹਿਬ ਦਾ ਜਿਹੜਾ ਖੇਤੀਬੜੀ ਮੰਤਰੀ ਸੀ ਕਾਕਾ ਰਣਦੀਪ ਸਿੰਘ ਨਾਭਾ ਇਹਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖਤੀ ਕਿ ਜੋ ਇਹਨਾਂ ਮਸ਼ੀਨਾਂ ਬਾਤ ਤੇ ਤੁਸੀਂ ਪੈਸੇ ਜਾਰੀ ਕੀਤੇ ਸੀ ਉਹ ਕਿਸੇ ਪਾਸੇ ਹੋਰੀ ਛੱਗ ਗਏ ਇਹ ਤਾਂ ਪੰਜਾਬ ਦੀ ਗੰਭੀਰਤਾ ਹੈ ਤੇ 2016 17 ਦੇ ਵਿੱਚ ਜਦੋਂ ਬਾਪੂ ਬੇਟੇ ਦੀ ਸਰਕਾਰ ਦਾ ਅੰਤ ਹੋਇਆ ਤੇ ਜਾਂਦੇ ਜਾਂਦੇ ਕੈਸ਼ ਕ੍ਰੈਡਿਟ ਲਿਮਿਟ ਦਾ 31000 ਕਰੋੜ ਵੀ ਇਹ ਕਰਜ਼ੇ ਦੇ ਰੂਪ ਵਿੱਚ ਕਿਸਾਨਾਂ ਦੇ ਸਿਰ ਤੇ ਚੜਾ ਗਏ ਪੰਜਾਬੀਆਂ ਦੇ ਸਿਰ ਤੇ ਚੜਾ ਗਏ ਇਹ ਪੰਜਾਬ ਦੇ ਸਿਆਸਤਦਾਨ ਨਾ ਗੰਭੀਰ ਹੋਏ ਸੀ ਨਾ ਹੋਣੇ ਨੇ ਜੇ ਹੁਣ ਮੁੱਖ ਮੰਤਰੀ ਸਾਹਿਬ ਇਸ ਮਾਮਲੇ ਦੇ ਵਿੱਚ ਕਹਿ ਰਹੇ ਨੇ ਕਿ ਮੈਂ ਗੰਭੀਰਤਾ ਨਾਲ ਉਹਨਾਂ ਸਾਰਿਆਂ ਮਾਮਲਿਆਂ ਨੂੰ ਉਠਾਵਾਂਗਾ ਜਿਹੜੇ ਪਿਛਲੀਆਂ ਸਰਕਾਰਾਂ ਨੇ ਨਹੀਂ ਚੱਕੇ ਜੇ ਇਹ ਹੁੰਦਾ ਕੋਈ ਨਾ ਕੋਈ ਚੀਜ਼ ਪੰਜਾਬ 'ਚ ਲਾਗੂ ਹੁੰਦੀ ਆ ਪੰਜਾਬ ਵਾਸਤੇ ਸ਼ੁਭਸ਼ਗਨ ਹੋਵੇਗਾ ਜੀ ਜਿਹੜਾ ਫਰਾਰ ਇਨਸਪੈਕਟਰ ਸੀ ਉਸ ਦੇ ਘਰੋਂ 4.710 ਕਿਲੋਗ੍ਰam ਨਸ਼ੀਲਾ ਪਾਊਡਰ ਤੇ 3719 ਨਸ਼ੀਲੀਆਂ ਗੋਲੀਆਂ ਤੇ ਅਸਲੇ ਦੇ 25 ਲਾਇਸੈਂਸੀ ਤੇ 7 ਨਜਾਇਜ਼ ਰੋਂ ਦਾ ਉਹ ਬ੍ਰਮਦ ਹੋਈ ਨੇ ਰੀਨਾ ਜੀ ਜਦੋਂ ਬਾੜਾ ਖੇਤ ਨੂੰ ਖਾਨ ਲੱਗ ਜਾਣ ਜੀ ਤੇ ਫਿਰ ਰੱਬ ਰਾਖਾ ਹੂੰ ਇਸੇ ਕਰਕੇ ਤਾਂ ਕਿਹਾ ਜਾ ਰਿਹਾ ਕਿ ਜੇਲ੍ਹਾਂ ਦੇ ਵਿੱਚ ਜਿਹੜੇ ਲੋਕ ਨਸ਼ੀਲੇ ਪਦਾਰਥਾਂ ਦੇ ਕੇਸਾਂ ਦੇ ਵਿੱਚ ਅੰਦਰ ਤੁਨੇ ਵੀ ਹੈ ਹੂੰ ਉਹ ਆ ਨਸ਼ੀਲਾ ਪਾਊਡਰ ਨਜਾਇਜ਼ ਪਾਉਂਦੇ ਸੀ ਇਹ ਲੋਕ ਉਹਨਾਂ ਤੇ ਆ ਗੋਲਗਹਾ ਪਾਉਂਦੇ ਸੀ ਉਹਨਾਂ ਤੇ ਨਹੀਂ ਇਹਦੇ ਇਨਸਪੈਕਟਰ ਦਾ ਨੰ ਉਹ ਹੈ ਮਿਸਟਰ ਪਰਮਿੰਦਰ ਸਿੰਘ ਬਾਜਵਾ ਜੇ ਮੈਂ ਗਲਤ ਨਾ ਹੋਵਾਂ ਇਹਦੇ ਨਾਲ ਦੇ ਦੋ ਤਿੰਨ ਸਾਥੀ ਜਿਹੜੇ ਨੇ ਉਹ ਇਸ ਵੇਲੇ ਸ਼ਲਾਖਾਂ ਦੇ ਪਿੱਛੇ ਨੇ ਇਹ ਫਰਾਰ ਦੱਸਿਆ ਜਾ ਰਿਹਾ ਹੈ ਫਰੋਜਪੁਰ ਦਾ ਇਹ ਮਾਮਲਾ ਹੈ ਜੀ ਸ਼ਾਇਦ ਵੱਡੀ ਰਿਸ਼ਵਤ ਮੋਟੀ ਇਹਨਾਂ ਨੇ ਪ੍ਰਾਪਤ ਕੀਤੀ ਸੀ 25 ਰੌਂਦ ਮਿਲੇ ਨੇ ਲਾਇਸੈਂਸੀ 7 ਰੌਂਦ ਨਜਾਇਜ਼ ਵੀ ਇਹਦੇ ਘਰ ਦੇ ਵਿੱਚੋਂ ਤਲਾਸ਼ੀ ਦੌਰਾਨ ਬਰਾਮਦ ਹੋਏ ਨੇ ਆਪਾਂ ਕੱਲ ਗੱਲ ਕੀਤੀ ਸੀ ਕਿ ਪਰਸੋ ਫਰੀਦਕੋਟ ਦੀ ਜੇਲ੍ਹ ਦੇ ਵਿੱਚੋਂ ਜਾ ਕੇ ਨਸ਼ੀਲੇ ਪਦਾਰਥਾਂ ਦੀ ਜਾਂਚ ਕੀਤੀ ਤਾ 3333 ਦੇ ਵਿੱਚੋਂ 10000 1064 ਮਾਮਲੇ ਭਾਵ 45% ਲੋਕ ਜਿਹੜੇ ਉੱਥੇ ਅੰਦਰ ਨੇ ਉਹ ਡੋਪ ਉਹਨਾਂ ਦਾ ਪੋਜ਼ਿਟਿਵ ਹੈ ਭਾਵ ਉਹ ਨਸ਼ਾ ਲੈਂਦੇ ਨੇ ਬਿਲਕੁਲ ਜੀ ਤੇ ਇਹ ਜਿਹੜੀਆਂ ਕਾਲੀਆਂ ਭੇਡਾਂ ਨੇ ਹਰੇਕ ਵਿਭਾਗਾਂ ਦੇ ਵਿੱਚ ਇਹਨਾਂ ਦੀ ਪਛਾਣਨ ਦੀ ਲੋੜ ਹੈ ਇਹ ਕੱਲਾ ਇੱਕ ਥਾਂ ਤੋਂ ਨਹੀਂ ਜੇ ਸਰਕਾਰ ਸਖਤੀ ਨਾਲ ਇਸ ਪਾਸੇ ਵੱਲ ਪਈ ਹੈ ਤੱਪਕਵੰਤ ਸਿੰਘ ਮਾਨ ਦੀ ਸਰਕਾਰ ਦਾ ਇਸ ਮਾਮਲੇ ਦੇ ਵਿੱਚ ਸਵਾਗਤ ਕਰਨਾ ਬੰਦ ਹੈ ਜੀ ਅਮਰitsar ਸਰੋਵਰ ਯੋਜਨਾ ਦਾ ਨਾਮ ਬਦਲ ਕੇ ਹੁਣ ਜਲਤਲਾਬ ਰੱਖਿਆ ਗਿਆ ਇਹ ਜਦੋਂ ਅਮਰਤਸਰ ਅਮਰਤ ਸਰੋਵਰ ਯੋਜਨਾ ਬਣਾਈ ਗਈ ਸੀ ਤਾਂ ਇਹਦੇ ਤੇ ਇਤਰਾਜ਼ ਪ੍ਰਗਟ ਕੀਤਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਜੀ ਤਾਂ ਫਿਰ ਇਹਦਾ ਨਾਮ ਬਦਲ ਕੇ ਇੱਕ ਜ਼ਿਲ੍ਹੇ ਦੇ ਵਿੱਚ ਲਗਭਗ 75 ਟੋਬੇ ਅਸਲ ਤਾਂ ਹਮ ਨਾ ਜੋ ਮਰਜ਼ੀ ਰੱਖ ਲਓ ਪਰ ਉਹ ਨਿਸ਼ਾਨਦੇਹੀ ਕਰਾ ਕੇ ਇਹਨਾਂ ਟੋਬਿਆਂ ਦਾ ਪਤਾ ਕਰ ਲਓ ਪੰਜਾਬ ਦੇ ਜਿਹੜੇ ਖੇਤੀਬਾੜੀ ਮੰਤਰੀ ਨੇ ਉਹ ਵੱਡੀ ਪੱਦਰ ਦੇ ਉੱਤੇ ਬਹੁਤ ਸਾਰੇ ਪਾਸਿਆਂ ਤੇ ਸਰਕਾਰੀ ਜ਼ਮੀਨਾਂ ਲੈਣ ਵਾਸਤੇ ਤੁਰੇ ਹੋਏ ਨੇ ਮੈਂ ਉਹਨਾਂ ਨੂੰ ਇੱਕ ਗੱਲ ਦੱਸ ਦਿਆਂ ਮੈਨੂੰ ਕਿਥੋਂ ਜਾਣਕਾਰੀ ਪ੍ਰਾਪਤ ਹੋਈ ਹੈ ਕਿ 90 ਦੀ ਜੇਲ੍ਹ ਦੀ ਵੀ ਬਿੰਨਤਾ ਕਰਾ ਦਿਓ ਉਹਦੀ ਬਿੰਤੀ ਕਰਾ ਦਿਓ ਉਹਦੀ ਜ਼ਮੀਨ ਦੀ ਇਹ ਪਿਛਲੇ ਕਈ ਸਾਲਾਂ ਤੋਂ ਮਾਮਲਾ ਦਵਾਇਆ ਜਾ ਰਿਹਾ ਹੈ ਉੱਥੋਂ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਜਿੰਨੀ ਜਵਾਨ ਹੈ ਫਲਾਣੇ ਨੂੰ ਦੇਤੀ ਫਲਾਣੇ ਨੂੰ ਦੇਤੀ ਫਲਾਣੇ ਨੂੰ ਦੇਤੀ ਇਹ ਸਿਆਸਤਦਾਨਾਂ ਦੇ ਵਿੱਚ ਵੰਡੀ ਹੋਈ ਹੈ ਇਹਦੀ ਜੇ ਜਾਂਚ ਕਰਾ ਦੇਵਾਂ ਤਾਂ ਅਸਲੀਅਤ ਘਟੋ-ਘਟ ਲੋਕਾਂ ਸਾਹਮਣੇ ਆ ਜਾਏ ਕਿ ਜੋ ਚਰਚਾ ਉੱਠੀ ਹੋਈ ਹੈ ਉਹ ਸਹੀ ਹੈ ਜਾਂ ਗਲਤ ਹੈ ਮੈਨੂੰ ਪੂਰਨ ਆਸਾ ਹੈ ਕਿ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਨਾਬੇ ਦੀ ਜਿਹੜੀ ਬਾਹਰਲੀ ਜੇਲ ਹੈ ਉਹਦੀ ਵੀ ਪੜਤਾਲ ਜ਼ਮੀਨ ਦੀ ਕਰਵਾ ਦੇਣਗੇ ਜੇ ਉਹ ਰਸੂਖਦਾਰਾਂ ਨੇ ਦੱਬੀ ਹੈ ਤੇ ਛਡਾਓ ਫਿਰ ਉਹ ਵੀ ਉਹਨਾਂ ਦੇ ਕੋਲੋਂ ਤੇ ਜਿਹੜੀ ਗੱਲ ਤੁਸੀਂ ਕੀਤੀ ਹੈ ਇਸੇ ਕਰਕੇ ਇਹ ਜਿਹੜਾ ਇਸ ਤਰ੍ਹਾਂ ਦਾ ਮਾਮਲਾ ਚੱਲਦਾ ਹੈ ਉਹ ਟੋਬੇ ਸੀ ਪੁਰਾਣੇ ਜਿਹੜੇ ਟੋਬੇ ਪੁਰਾਣੇ ਦੱਬੇ ਹੋਏ ਐ ਉਹ ਟੋਬੇ ਖਲਾਓ ਜਿਹੜੀਆਂ ਜਲ ਨਿਕਾਸੀਆਂ ਦੱਬੀਆਂ ਹੋਈਆਂ ਨੇ ਉਹ ਖਲਾਓ ਭਾਵੇਂ ਉਹ ਪਿੰਡਾਂ 'ਚ ਹੋਣ ਸ਼ਹਿਰਾਂ 'ਚ ਹੋਣ ਸਾਰੇ ਪਾਸੋਂ ਖਲਾਓ ਜਦੋਂ ਖਲਾ ਲਵਾਂਗੇ ਫਿਰ ਹੜਾ ਮਰਗੀ ਸਥਿਤੀ ਦਾ ਟਕਰਾ ਕਰਨ ਵੀ ਆਪਣੇ ਆਪ ਉਹਦੇ ਯੋਗ ਹੋ ਜਾਵਾਂਗੇ ਜੀ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਅੰਮ੍ਰਿਤਸਰ ਤੋਂ ਧਰਮ ਪ੍ਰਚਾਰ ਲਈ ਕੇਂਦਰ ਸਥਾਪਿਤ ਕੀਤਾ ਡਾਕਟਰ ਮਨਜੀਤ ਸਿੰਘ ਭੋਮਾ ਨੂੰ ਇੰਚਾਰਜ ਲਗਾਇਆ ਗਿਆ ਪਿਛਲੇ ਦਿਨੀ ਉਹਨਾਂ ਦੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਹਰਬੀਰ ਸਿੰਘ ਕਾਲਕਾ ਉਹਨਾਂ ਦੇ ਜਨਰਲ ਸੈਕਟਰੀ ਜਗਦੀਪ ਸਿੰਘ ਕਾਲੋ ਸਮੇਤ ਬਹੁਤ ਸਾਰੇ ਆਏ ਸੀ ਉਹਨਾਂ ਨੇ ਸ਼ੁਰੂਆਤੀ ਕਮੇਟੀ ਦੇ ਤੰਜ ਕੱਸਿਆ ਸੀ ਕਿਥੋਂ ਤੋਂ ਧਰਮ ਦਾ ਪ੍ਰਚਾਰ ਹੁੰਦਾ ਨਹੀਂ ਇਸੇ ਕਰਕੇ ਬਾਰਡਰ ਜਿਹੜਾ ਖੇਤਰ ਨੇ ਉਹਦੇ ਵਿੱਚ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰਕੇ ਈਸਾਈ ਧਰਮ ਅਪਣਾ ਰਹੇ ਨੇ ਗੱਲ ਵਿੱਚੋਂ ਨਿਕਲ ਕੇ ਇਹ ਆਈ ਕਿ ਸਕੂਲਾਂ ਦੀਆਂ ਫੀਸਾਂ ਨਾ ਦੇਣ ਕਰਕੇ ਉਹਨਾਂ ਨੇ ਸਕੂਲ ਫੀਸਾਂ ਦੇਤੀਆਂ ਕਿ ਤੁਸੀਂ ਸਾਡੇ ਵਿੱਚ ਆਜੋ ਸਕੂਲ ਬੱਚਿਆਂ ਦੀਆਂ ਫੀਸਾਂ ਅਸੀਂ ਭਰਾਂਗੇ ਉਸੇ ਲਾਲਚ ਵਿੱਚੋਂ ਜਾ ਰਹੇ ਨੇ ਤੇ ਇਹ ਕਹਿੰਦੇ ਅਸੀਂ ਇੱਥੇ ਪ੍ਰਚਾਰ ਕਰ ਰਹੇ ਤਾਂ ਕਿ ਇੱਥੋਂ ਵਾਲਿਆਂ ਤੋਂ ਇੱਥੇ ਤਾਂ ਹੋਇਆ ਨਹੀਂ ਉਹ ਕਹਿੰਦੇ ਦਿੱਲੀ ਜਾ ਕੇ ਹੁਣ ਅਸੀਂ ਕਰਾਂਗੇ ਤੁਹਾਡ ਤੋਂ ਦਿੱਲੀ ਪ੍ਰਚਾਰ ਨਹੀਂ ਹੋਇਆ ਕਿਹੜੇ ਨੇ ਕਿਹੜਾ ਪ੍ਰਚਾਰ ਕਰਨਾ ਹੈ ਅਗਲੇ ਦਿਨਾਂ ਦੇ ਵਿੱਚ ਇਹ ਪਤਾ ਲੱਗ ਜਾਵੇਗਾ ਇਹ ਜਦੋਂ ਸਾਰੇ ਆਗੂ ਇੱਥੇ ਆਏ ਫਿਰ ਜਿਹੜਾ ਇਸ ਵੇਲੇ ਬਰਗਾੜੀ ਮੋਰਚਾ ਚੱਲ ਰਿਹਾ ਬਾਬਲ ਕਲਾਂ ਦੇ ਵਿੱਚ ਉੱਥੇ ਵੀ ਜਾ ਕੇ ਆਏ ਨੇ ਸਾਰੇ ਆਗੂ ਜਿਹੜਾ 16 ਤਰੀਕ ਨੂੰ ਉੱਥੇ ਵੱਡਾ ਇਕੱਠ ਹੋਣਾ ਹੈ ਉਹਦੇ ਵਿੱਚ ਦਿੱਲੀ ਮੈਨੇਜਮੈਂਟ ਕਮੇਟੀ ਦੇ ਜਿਹੜੇ ਸੀਨੀਅਰ ਆਗੂ ਨੇ ਉਹ ਵੀ ਪਹੁੰਚ ਰਹੇ ਜੀ ਢਿੱਲੋ ਜੀ ਤੁਸੀਂ ਬਹੁਤ ਵਧੀਆ ਗੱਲਾਂ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਇਹ ਸਨ ਜਸਪਾਲ ਸਿੰਘ ਢਿੱਲੋ ਜੀ ਜਿਹਨੇ ਕਿਸ ਪੂਰੇ ਮੁੱਦੇ ਤੇ ਆਪਣੇ ਵਿਚਾਰ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਨੇ ਸੋ ਅਗਲੇ ਹਫਤੇ ਫਿਰ ਹਾਜ਼ਰ ਹੋਵਾਂਗੇ ਲੈ ਕੇ ਹਫਤੇ ਭਰ ਦੀਆਂ ਵੱਡੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ